ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੌਰ। ਇਸ ਵੇਲੇ ਅਸੀਂ ਮੌਜੂਦ ਹਾਂ ਜਲੰਧਰ ਦੇ ਜਿਮਖਾਨਾ ਕਲੱਬ ਦੇ ਵਿੱਚ, ਜਿੱਥੋਂ ਸਵੇਰ ਤੋਂ ਹੀ ਵੋਟਿੰਗ ਜਾਰੀ ਹੈ। ਦੁਪਹਿਰ ਦਾ ਸਮਾਂ ਹੋ ਚੁੱਕਿਆ ਹੈ, ਸਵੇਰੇ ਜਿੱਥੇ ਲੋਕਾਂ ਦੇ ਵਿੱਚ ਥੋੜ੍ਹੀ ਜਿਹੀ ਵੋਟਿੰਗ ਦੀ ਜਿਹੜਾ ਸੀਗਾ ਉਤਸ਼ਾਹ ਘੱਟ ਨਜ਼ਰ ਆ ਰਿਹਾ ਸੀ, ਤੇ ਹੁਣ ਲੰਮੀਆਂ ਕਤਾਰਾਂ ਦੇ ਵਿੱਚ ਖੜੇ ਲੋਕ ਨਜ਼ਰ ਆ ਰਹੇ ਨੇ। ਵੋਟਰ ਐ ਸਪੋਟਰ ਐ ਆਪਣੇ ਕੈਂਡੀਡੇਟ ਨੂੰ ਸਪੋਰਟ ਕਰਨ ਵਾਸਤੇ ਲੰਬੀਆਂ ਕਤਾਰਾਂ ਦੇ ਵਿੱਚ ਖੜੇ ਨੇ ਤੇ ਵੋਟਿੰਗ ਦੀ ਪ੍ਰਕਿਰਿਆ ਜਾਰੀ ਹੈ। ਮੇਰੇ ਨਾਲ ਮੇਰੇ ਸਹਿਯੋਗੀ ਸੁਰਿੰਦਰ ਵੀ ਮੌਜੂਦ ਹੈ ਤੇ ਗੱਲ ਕਰ ਲੈਂਦੇ ਹਾਂ। ਸੁਰਿੰਦਰ, ਜਿਵੇਂ ਸਵੇਰੇ ਅਸੀਂ ਗੱਲ ਕਰ ਰਹੇ ਸੀ ਕਿ ਜੋ ਵੋਟਿੰਗ ਦੀ ਦਰ ਹੈ ਘੱਟ ਹੈ, ਤੇ ਹੁਣ ਦੇਖੋ ਕਿਵੇਂ ਲੰਬੀਆਂ ਲਾਈਨਾਂ ਲੱਗ ਗਈਆਂ। ਬਿਲਕੁਲ, ਆਪਾਂ ਜਿਹੜੇ ਇੱਥੇ ਦੇ ਵੋਟਰ ਸੀਗੇ, ਸਪੋਰਟਰ ਸੀ, ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਬੇਸ਼ੱਕ ਵੋਟਿੰਗ ਦੀ ਜਿਹੜੀ ਸਪੀਡ ਹੈ ਇਸ ਵੇਲੇ ਪੈਸੇਂਜਰ ਗੱਡੀ ਵਾਂਗੂ ਹੈ ਔਰ ਜਲਦੀ ਹੀ ਵੰਦੇ ਭਾਰਤ ਔਰ ਵੰਦੇ ਭਾਰਤ ਨਜ਼ਰ ਆ ਰਹੀ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕਿ ਵਿਸ਼ੇਸ਼ ਸਰੰਗਲ ਜਿਹੜੇ ਡਿਪਟੀ ਕਮਿਸ਼ਨਰ ਉਹਨਾਂ ਵੱਲੋਂ ਵੀ ਜਾਇਜ਼ਾ ਲਿੱਤਾ ਜਾ ਰਿਹਾ ਹੈਗਾ ਔਰ ਨਾਲ ਦੀ ਨਾਲ ਜਿਹੜੇ ਵੋਟ ਕਾਸਟ ਵੋਟਰ ਹੈਗੇ ਨੇ ਜਿਮਖਾਨਾ ਕਲੱਬ ਦੇ ਸਦੱਸ ਹੈਗੇ ਨੇ ਉਹਨਾਂ ਵੱਲੋਂ ਵੀ ਇਸ ਵੇਲੇ ਲੰਮੀਆਂ ਲਾਈਨਾਂ ਜਿਹੜੀਆਂ ਹੈਗੀਆਂ ਉਹ ਲੱਗੀਆਂ ਹੋਈਆਂ ਨੇ ਔਰ ਆਪਣਾ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਵਾਸਤੇ ਉਹ ਪੁੱਜੇ ਨੇ ਔਰ ਜਿਹੜੀ ਸਮੂਥ ਐਂਡ ਫੇਅਰ ਇਲੈਕਸ਼ਨ ਜਿਸ ਦੀ ਗੱਲ ਪ੍ਰਸ਼ਾਸਨ ਵੀ ਕਰ ਰਿਹਾ ਹੈਗਾ, ਪੁਲਿਸ ਪ੍ਰਸ਼ਾਸਨ ਵੀ ਕਰ ਰਿਹਾ ਔਰ ਖਾਸ ਕਰਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਰੰਗਲ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਸਮੂਥ ਐਂਡ ਫੇਅਰ ਇਲੈਕਸ਼ਨ ਉਹ ਨਜ਼ਰ ਆ ਰਿਹਾ, ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਕਿੰਨੀ ਕੁ ਸਮੂਥ ਹੈ, ਕਿਸੇ ਤਰ੍ਹਾਂ ਦਾ ਹੱਲਾ ਗੁੱਲਾ ਨਹੀਂ ਹੈ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਸਖਤ ਕਰੜੇ ਪ੍ਰਬੰਧ ਕੀਤੇ ਗਏ ਆ ਉਸ ਨੂੰ ਵੀ ਮੁੱਖ ਰੱਖਦੇ ਹੋਏ ਕਿ ਬਾਹਰ ਜਿਹੜੇ ਲੋਕ ਹੈਗੇ ਨੇ, ਸਪੋਰਟਰ ਹੈਗੇ ਨੇ, ਚਾਹੇ ਵੋਟਰ ਹੈਗੇ ਨੇ, ਉਹਨਾਂ ਨੂੰ ਵੀ ਕੰਟਰੋਲ 'ਚ ਰੱਖਿਆ ਹੋਇਆ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ। ਔਰ ਜੇ ਜਿਮਖਾਨਾ ਕਲੱਬ ਦਾ ਅੰਦਰਲਾ ਹਿੱਸਾ ਜੇ ਦੇਖੀਏ ਜਿੱਥੇ ਅਸੀਂ ਇਸ ਵੇਲੇ ਮੌਜੂਦ ਹੈਗੇ ਆ, ਉੱਥੇ ਵੀ ਬਿਲਕੁਲ ਸਮੂਥ ਪ੍ਰਕਿਰਿਆ ਚੱਲ ਰਹੀ ਆ, ਲੋਕ ਆਪਣੇ ਜਮਹੂਰੀ ਹੱਕ ਦਾ ਵੀ ਇਸਤੇਮਾਲ ਕਰ ਰਹੇ ਨੇ, ਨਾਲ ਦੀ ਨਾਲ ਜਿਹੜੇ ਲੋਕ ਹੈਗੇ ਇੱਕ ਦੂਜੇ ਨਾਲ ਗਲੇ ਮਿਲਦੇ ਹੋਏ ਵੀ ਨਜ਼ਰ ਆ ਰਹੇ ਨੇ। ਇੱਥੋਂ ਸਾਫ਼ ਲੱਗਦਾ ਸਾਂਝੀ ਵਾਲਤਾ ਜਿਹਦੀ ਗੱਲ ਕੀਤੀ ਜਾਂਦੀ ਅਕਸਰ ਵੀ ਪੰਜਾਬ ਦੇ ਵਿੱਚ ਸਾਂਝੀ ਵਾਲਤਾ ਹੋਣੀ ਚਾਹੀਦੀ ਆ, ਉਹ ਨਜ਼ਰ ਆ ਰਿਹਾ। ਸੁਰਿੰਦਰ, ਜਿਵੇਂ ਅਸੀਂ ਗੱਲ ਕਰ ਰਹੇ ਸੀ ਮਹਿਲਾ ਕੈਂਡੀਡੇਟ ਵੀ ਖੜੇ ਹੋਏ ਆ ਮਹਿਲਾ ਸਸ਼ਕਤੀਕਰਨ ਦੇ, ਪਰ ਮਹਿਲਾਵਾਂ ਦੀ ਗਿਣਤੀ ਘੱਟ ਨਜ਼ਰ ਆ ਰਹੀ ਹੈ। ਦੇਖੋ ਸਵੇਰੇ ਮਹਿਲਾਵਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਹੈਗਾ, ਹਾਂ ਥੋੜਾ ਜਿਹਾ ਰੁਝੇਵਾਂ ਜਿੱਦਾਂ ਉਹਨਾਂ ਨੇ ਕੰਮ ਕਾਜ ਕਰਦੇ ਬਹੁਤ ਜ਼ਿਆਦਾ ਹੁੰਦੇ ਨੇ ਉਹ ਰੁਝੇਵੇਂ ਕਰਕੇ ਥੋੜਾ ਜਿਹਾ ਹੋ ਸਕਦਾ ਵਾ, ਜਿੱਦਾਂ ਜਿੱਦਾਂ ਦਿਨ ਢਲ ਰਿਹਾ ਥੋੜਾ ਮੌਸਮ ਠੰਡਾ ਹੋਏਗਾ ਕਿਉਂਕਿ ਧੁੱਪ ਵੀ ਬਹੁਤ ਜ਼ਿਆਦਾ, ਗਰਮੀ ਵੀ ਹੈਗੀ ਆ ਔਰ ਸ਼ਾਇਦ ਥੋੜੇ ਜਿਹੇ ਵਕਵੇ ਤਾਈਂ ਉਹ ਵੀ ਇੱਥੇ ਪਹੁੰਚ ਕੇ ਆਪਣੇ ਇਸ ਜਮਹੂਰੀ ਹੱਕ ਦਾ ਇਸਤੇਮਾਲ ਕਰਨਗੇ, ਪਰ ਕਾਫੀ ਹੱਦ ਤੱਕ ਸਵੇਰੇ ਵੀ ਮਹਿਲਾ ਵੋਟਰਸ ਨਜ਼ਰ ਆਈਆਂ ਨੇ ਔਰ ਜਿੱਦਾਂ ਕਿ ਤੁਸੀਂ ਮਹਿਲਾ ਸਸ਼ਕਤੀਕਰਨ ਦੀ ਗੱਲ ਕੀਤੀ ਆ ਨਜ਼ਰ ਆ ਰਿਹਾ। ਜੇ ਉਹਨਾਂ ਉਹ ਆਪਣੇ ਇਸ ਕੈਂਡੀਡੇਟ ਦੇ ਪਾਸੇ ਉੱਤੇ ਖੜੀਆਂ ਹੋਈਆਂ ਨੇ ਜਿੱਦਾਂ ਉਹਨਾਂ ਨੇ ਸਵੇਰੇ ਅਸੀਂ ਗੱਲਬਾਤ ਉਹਨਾਂ ਨਾਲ ਕੀਤੀ ਸੀ, ਉਹਨਾਂ ਨੇ ਸਾਫ਼ ਕਿਹਾ ਸੀਗਾ ਵੀ ਇੱਕ ਘਰ ਨੂੰ ਸਜਾਉਣ ਵਾਸਤੇ ਇਸਤਰੀ ਦਾ ਹੋਣਾ ਬਹੁਤ ਲਾਜ਼ਮੀ ਹੈ ਔਰ ਜੇ ਇਹ ਜਿੱਦਾਂ ਅਸੀਂ ਇਹਨਾਂ ਦੇ ਜਿਹੜੇ ਮੈਂਬਰ ਸਾਹਿਬਾਨ ਹੈਗੇ ਜਾਂ ਇਹਨਾਂ ਦੇ ਕੈਂਡੀਡੇਟ ਹੈਗੇ ਉਹਨਾਂ ਨਾਲ ਵੀ ਗੱਲ ਕੀਤੀ ਸੀਗੀ, ਜੇ ਇੱਕ ਘਰ ਨੂੰ ਬਣਾਉਣਾ ਹੈ ਤੇ ਇਸਤਰੀ ਦਾ ਘਰ ਦੇ ਵਿੱਚ ਹੋਣਾ ਲਾਜ਼ਮੀ ਹੈ ਔਰ ਇਸੇ ਕਰਕੇ ਉਹਨਾਂ ਨੇ ਕੈਂਡੀਡੇਟ ਜਿਹੜੇ ਮਹਿਲਾਵਾਂ ਨੂੰ ਅੱਗੇ ਵੱਧ ਕੇ ਸਪੋਰਟ ਕੀਤੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਮਖਾਨਾ ਕਲੱਬ ਵੀ ਇੱਕ ਸੋਹਣੇ ਘਰ ਦੀ ਤਰ੍ਹਾਂ ਨਜ਼ਰ ਆਵੇਗਾ। ਬਿਲਕੁਲ, ਜਿਵੇਂ ਅਸੀਂ ਤਸਵੀਰਾਂ 'ਚ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਵੇਂ ਲੰਬੀਆਂ ਲਾਈਨਾਂ ਦੇ ਵਿੱਚ ਖੜੇ ਵੋਟਰ ਹੈ ਜੋ ਆਪਣੇ ਕੈਂਡੀਡੇਟ ਨੂੰ ਸਪੋਰਟ ਕਰਨ ਵਾਸਤੇ ਆਏ ਨੇ। ਕਿਤੇ ਨਾ ਕਿਤੇ ਜੋ ਕੈਂਡੀਡੇਟ ਹੁੰਦਾ ਉਸਨੂੰ ਉਮੀਦ ਹੁੰਦੀ ਹੈ ਜਿੱਤ ਦੀ, ਦਾਵਾ ਕੀਤਾ ਜਾ ਰਿਹਾ। ਇਸੇ ਤਰੀਕੇ ਦੇ ਨਾਲ ਅਸੀਂ ਜਲੰਧਰ ਜਿਮਖਾਨਾ ਦੇ ਵਿੱਚ ਮੌਜੂਦ ਹਾਂ। ਕੈਮਰਾਮੈਨ ਸੁਖਵਿੰਦਰ ਦੇ ਨਾਲ ਮੈਂ ਹਰਮਨਜੀਤ ਕੌਰ, ਦੈਨਿਕ ਸਵੇਰਾ ਟੀਵੀ ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।